ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਫਿਰ ਭਾਅ ਜੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਅਧੀਨ ਆਪਾਂ ਗਣਿਤ ਵਾਲਾ ਪੋਰਸ਼ਨ ਕਰਦੇ ਪਏ ਹਾਂ ਬੇਟਾ। ਤਾਂ ਰੇਖਾਵਾਂ ਅਤੇ ਕੋਣਾਂ ਦੇ 39 ਨੰਬਰ ਸਵਾਲ ਦੇ ਉੱਤੇ ਆ, ਕਹਿੰਦਾ 8:20 'ਤੇ ਘੜੀ ਦੇ ਜਾਂ ਸੂਈਆਂ ਦੇ ਵਿਚਕਾਰ ਬਣੇ ਕੋਣ ਦੇ ਬਾਰੇ ਦੱਸੋ। ਤਾਂ ਬੇਟਾ 8:20 'ਤੇ ਆਹ ਪੋਜੀਸ਼ਨ ਆ ਜਿਹੜੀ ਘੜੀ ਦੀਆਂ ਸੂਈਆਂ ਦੀ ਹੋਊਗੀ। ਤਾਂ ਬੇਟਾ ਆਹ ਕੋਣ ਆ ਜਿਹੜਾ ਇਹਨਾਂ ਦੇ ਵਿੱਚ, ਜੇ ਤਾਂ ਇੱਧਰਲਾ ਕੋਣ ਦੱਸਾਂਗੇ ਤਾਂ ਇਹ ਅਧਿਕ ਕੋਣ ਬਣੂਗਾ। ਠੀਕ ਹੈ ਬੇਟਾ, 8:00 ਆਹ ਸੂਈ ਲਗਭਗ 8 ਤੋਂ ਥੋੜ੍ਹੀ ਜਿਹੀ ਅੱਗੇ ਹੋਊਗੀ ਛੋਟੀ ਸੂਈ, ਵੱਡੀ ਸੂਈ ਆ ਜਿਹੜੀ ਉੱਪਰਲੇ ਪਾਸੇ ਉਹ 4 ਦੇ ਉੱਤੇ ਹੋਊਗੀ। ਠੀਕ ਹੈ, ਤਾਂ ਇਹਦੇ ਵਿਚਕਾਰ ਬੇਟਾ 90 ਡਿਗਰੀ ਤੋਂ ਵੱਡਾ ਕੋਣ ਬਣਦਾ ਪਿਆ, ਅਧਿਕ ਕੋਣ ਬਣੂਗਾ ਇਹਦੇ ਵਿੱਚ। ਜੇ ਉਹ ਉੱਪਰਲਾ ਕੋਣ ਪੁੱਛ ਲਵੇ ਤਾਂ ਫਿਰ ਉਹ ਬਰਹਿਸਤ ਕੋਣ ਆ। ਠੀਕ ਹੈ, ਮੇਰਾ ਖਿਆਲ ਹੈ ਬੇਟਾ ਗੱਲ ਸਮਝ ਲੱਗ ਗਈ ਤੁਹਾਨੂੰ। ਤਾਂ ਅਧਿਕ ਕੋਣ ਨੂੰ ਅਸੀਂ ਉੱਤਰ ਲਾਵਾਂਗੇ। ਠੀਕ ਹੈ, ਤਾਂ ਆਪਾਂ ਦੇਖਦੇ ਹਾਂ ਕਿੱਥੇ ਹੈਗਾ। ਤਾਂ C1 ਅਧਿਕ ਕੋਣ ਦਿੰਦਾ ਪਿਆ, C1 ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਠੀਕ ਹੈ, ਅੱਗੇ ਆ ਗਿਆ ਬੇਟਾ ਸਵਾਲ ਨੰਬਰ 40। ਕਹਿੰਦਾ ਕੀ ਕਹਿੰਦਾ ਪਿਆ, ਕਹਿੰਦਾ ਵੀ 3:25 'ਤੇ ਘੰਟਿਆਂ ਅਤੇ ਮਿੰਟਾਂ ਵਾਲੀ ਸੂਈ ਦੁਆਰਾ ਬਣਾਏ ਕੋਣ ਦੀ ਪਹਿਚਾਣ ਕਰੋ। ਤਾਂ ਬੇਟਾ 3:25 ਦੇ ਉੱਤੇ ਜਿਹੜਾ ਕੋਣ ਬਣੂਗਾ ਉਹ ਘੰਟਿਆਂ ਅਤੇ ਮਿੰਟਾਂ ਵਾਲੀ ਸੂਈ ਦੁਆਰਾ ਬਣਾਏ ਕੋਣ ਦੀ ਪਹਿਚਾਣ। 3:25 'ਤੇ ਬੇਟਾ ਕੀ ਪੋਜੀਸ਼ਨ ਹੋਊਗੀ ਇਹਦੀ, ਇਹ ਆਹ ਦੇਖੋ ਬੇਟਾ ਇੱਥੇ 12, ਆਹ 3:25 'ਤੇ ਆਹ ਪੋਜੀਸ਼ਨ ਹੋਊਗੀ ਬੇਟਾ। ਛੋਟੀ ਸੂਈ 3 ਤੋਂ ਥੋੜ੍ਹੀ ਜਿਹੀ ਅੱਗੇ ਹੋਊਗੀ ਅਤੇ ਵੱਡੀ ਸੂਈ 5 'ਤੇ। ਇਹਦਾ ਮਤਲਬ ਆਹ ਛੋਟਾ ਜਿਹਾ ਕੋਣ ਆ ਇਹਨਾਂ ਸੂਈਆਂ ਦੇ ਵਿਚਕਾਰ ਬਣੂਗਾ, ਜਿਹਨੂੰ ਅਸੀਂ ਜਿਹੜਾ ਕਿ 90 ਡਿਗਰੀ ਤੋਂ ਛੋਟਾ ਹੋਊਗਾ, ਇਸ ਕਰਕੇ ਇਹਨੂੰ ਨਿਊਣ ਕੋਣ ਕਹਾਂਗੇ ਅਸੀਂ। ਠੀਕ ਹੈ, 3:25 'ਤੇ ਘੜੀ ਦੀਆਂ ਸੂਈਆਂ ਦੀ ਪੋਜੀਸ਼ਨ ਬੇਟਾ ਤੁਸੀਂ ਦੇਖ ਲੈਣੀ ਹੈ। ਤਾਂ 3:25 ਦੇ ਉੱਤੇ ਨਿਊਣ ਕੋਣ D1 ਸਾਡਾ ਰਾਈਟ ਆਂਸਰ ਆਊਗਾ। D1 ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 41। ਸਵਾਲ ਨੰਬਰ 41 ਦੇ ਵਿੱਚ ਧਿਆਨ ਦੇ ਨਾਲ ਦੇਖੋ, ਕਹਿੰਦਾ ਦਿੱਤੇ ਚਿੱਤਰ ਵਿੱਚ ਕੋਣ BOC 'ਤੇ, ਇਹ ਬੇਟਾ ਚਿੱਤਰ ਦਿੱਤਾ ਹੋਇਆ, ਆਹ ਚਿੱਤਰ ਦਿੱਤਾ ਹੋਇਆ, ਅੱਗੇ ਕੀ ਕਹਿੰਦਾ ਪਿਆ, ਪੁੱਛਦਾ ਕੀ ਪਿਆ, ਕਹਿੰਦਾ ਕੋਣ BOC ਦਾ ਮਾਪ ਲੱਭੋ। BOC ਦਾ ਮਾਪ ਲੱਭਣਾ ਬੇਟਾ, ਤਾਂ ਬੇਟਾ ਅਸੀਂ ਆਹ ਕੋਣ ਦਾ ਮਾਪ ਆ ਜਿਹੜਾ ਲੱਭਣਾ, ਕੋਣ BOC। ਤਾਂ ਬੇਟਾ ਧਿਆਨ ਦੇ ਨਾਲ ਦੇਖੋ, ਆਹ ਕੋਣ 100 ਡਿਗਰੀ ਦਾ ਹੈ। ਜੇ ਬੇਟਾ ਆਹ ਕੋਣ 100 ਡਿਗਰੀ ਦਾ ਹੈ ਤਾਂ ਬੇਟਾ ਇੱਧਰਲੇ ਆਪਾਂ ਆਹ ਕੋਣ ਲੱਭਣਾ, ਆਹ ਕੋਣ ਹੈ ਨਾ। ਜੇ ਆਹ 100 ਦਾ ਤਾਂ ਇਹਦੇ ਸਾਹਮਣੇ ਆਹ ਵੀ 100 ਦਾ ਹੋ ਗਿਆ, ਆਹ ਸਰਲ ਰੇਖਾ ਦੇ ਉੱਤੇ ਕੋਣ ਆ। ਠੀਕ ਹੈ ਬੇਟਾ, ਆਪਾਂ ਇੱਥੇ ਬਣਾ ਲੈਂਦੇ ਹਾਂ, ਆਹ 100 ਦਾ ਤਾਂ ਬੇਟਾ ਆਹ ਵੀ 100 ਦਾ ਹੋ ਗਿਆ। ਠੀਕ ਹੈ, ਅਤੇ ਆਹ ਬੇਟਾ ਆਹ ਕੋਣ ਇੱਕ ਰੇਖਾ ਦੇ ਉੱਤੇ ਹੈ ਨਾ, ਇੱਕ ਰੇਖਾ 'ਤੇ। ਆਹ ਜੇ 100 ਦਾ ਅਤੇ ਆਹ 80 ਦਾ ਹੋਊਗਾ, ਕਿਉਂਕਿ ਟੋਟਲ 180 ਦਾ ਹੋਊਗਾ ਇੱਕ ਰੇਖਾ ਦੇ ਉੱਤੇ। ਠੀਕ ਹੈ, ਅਤੇ ਜੇ ਆਹ 80 ਡਿਗਰੀ ਦਾ ਕੋਣ ਆ ਬੇਟਾ ਤਾਂ ਆਹ ਕੋਣ ਆਪਾਂ ਪਤਾ ਕਰਨਾ ਆ। ਠੀਕ ਹੈ, ਇਹ ਸਿਖਰ ਸਨਮੁੱਖ ਕੋਣ ਬਣ ਗਏ ਨਾ। ਜੇ ਆਹ 80 ਦਾ ਤਾਂ ਐਂਗਲ XV 80 ਡਿਗਰੀ ਦਾ ਹੀ ਹੋਊਗਾ। ਠੀਕ ਹੈ, ਤਾਂ 4 ਦਾ ਜੋੜ ਕਰੋਗੇ 360 ਬਣ ਜੂਗਾ। ਮੇਰਾ ਖਿਆਲ ਬੇਟਾ ਸਿੰਪਲ ਜਿਹਾ ਸਵਾਲ ਹੈਗਾ ਆ। ਤਾਂ ਕੋਣ
BOC ਪਤਾ ਕਰਨਾ ਸੀ, ਮਤਲਬ ਆਹਾ ਕੋਣ ਬੇਟਾ, ਅਸੀਂ BOC ਆਹਾ ਕੋਣ ਪਤਾ ਕਰਨਾ ਸੀ, ਜੇ ਆਹ ਸੌਦਾ 80 ਦਾ, 80 ਦੇ ਸਾਹਮਣਾ ਕੋਣ 20-80 ਦਾ ਹੋਊਗਾ, ਸਿਖਰ ਸਨਮੁਖ ਕੋਣ ਜਿਹੜੇ ਕਿ ਮਿੰਟੀ 'ਚ ਬਰਾਬਰ ਹੁੰਦੇ, C1 ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿੱਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 42, ਕਹਿੰਦਾ ਹੇਠਾਂ ਦਿੱਤੇ ਚਿੱਤਰ ਵਿੱਚ ਕੋਣ ABC ਦਾ ਮਾਪ ਲੱਭੋ, ਕੋਣ ABC। ਤਾਂ ਬੇਟਾ ਅਸੀਂ ਇੱਥੋਂ ਦੇਖਦੇ ਹਾਂ ABC, ਆਹ ਦੇਖੋ ਬੇਟਾ ABC, ਜੇ ਇੱਥੋਂ ਆਹਾ ਕੋਣ ਦੱਸਣਾ ਅਸੀਂ, ਠੀਕ ਹੈ, ਆਹ ਕੋਣ 70 ਡਿਗਰੀ ਦਾ, ਤਾਂ ਬੇਟਾ ਆਟੋਮੈਟਿਕਲੀ ਇਹ ਵੀ ਸਿਖਰ ਸਨਮੁਖ ਕੋਣ ਬਣ ਗਿਆ ਨਾ, ਕਾਟਵੀਂ ਰੇਖਾ ਦੇ ਸਿਖਰ ਦੇ ਸਾਹਮਣੇ ਕੋਣ, ਕੋਣ ABC ਬਰਾਬਰ ਹੈ 70 ਡਿਗਰੀ। ਮੇਰਾ ਖਿਆਲ ਆ ਬਹੁਤ ਗੱਲ ਕਲੀਅਰ ਹੋ ਗਈ, ਜੇ ਆਹ 70 ਹੈ ਤਾਂ ਆਹ ਵੀ 70 ਡਿਗਰੀ ਹੋਊਗਾ, ਸਿਖਰ ਦੇ ਸਨਮੁਖ ਕੋਣ ਬਰਾਬਰ ਹੁੰਦੇ ਆ। ਤਾਂ ਬੇਟਾ B1 ਸਾਡਾ ਰਾਈਟ ਆਂਸਰ ਆਊਗਾ, B1 ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿੱਕ ਕਰ ਦੇਵਾਂਗੇ, ਠੀਕ ਹੈ ਬੇਟਾ। ਤਾਂ ਇਹ ਸੀਗਾ ਬੇਟਾ ਤੁਹਾਡਾ ਸਵਾਲ ਨੰਬਰ 42। ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਕਰਦੇ ਹਾਂ ਸ਼ੇਅਰ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।